ਤੇ ਪੰਜਾਬ ਸਮੇਤ ਪੂਰੇ ਦੇਸ਼ ਦੇ ਵਿੱਚ ਟੋਲ ਪਲਾਜ਼ੇ ਪੂਰੀ ਤਰ੍ਹਾਂ ਬੰਦ ਕਰਨ ਦੀ ਮੰਗ ਨੂੰ ਲੈ ਕੇ ਹਮਾਇਤ ਚ ਆਏ ਹਾਂ ਅਸੀਂ। ਇਹਨਾਂ ਥਾਵਾਂ ਤੇ ਆਪਣੇ ਤੌਰ ਤੇ ਵੀ ਬੰਦ ਕੀਤੇ ਆ ਤੇ ਹਰ ਥਾਂ ਤੇ ਔਰਤਾਂ ਸਮੇਤ ਭਾਰੀ ਗਿਣਤੀ ਦੇ ਵਿੱਚ ਲੋਕ ਹਾਜ਼ਰ ਹਨ, ਕਿਉਂਕਿ ਅਸੀਂ ਸਮਝਦੇ ਹਾਂ ਵੀ ਜਿਸ ਤਰ੍ਹਾਂ ਔਰੰਗਜ਼ੇਬ ਦੀ ਜ਼ਾਲਮ ਹਕੂਮਤ ਨੇ ਜਜ਼ਗਾ ਟੈਕਸ ਲਾਇਆ ਸੀ, ਉਹ ਜਜ਼ਗਾ ਟੈਕਸ ਵਾਂਗੂ ਸਰਾਸਰ ਨਜਾਇਜ਼ ਵਸੂਲਿਆ ਜਾ ਰਿਹਾ ਟੋਲ ਟੈਕਸ, ਸਰਾਸਰ ਨਜਾਇਜ਼ ਹੈ, ਧੱਕੇਸ਼ਾਹੀ ਹੈ, ਕਾਰਪੋਰੇਟਾਂ ਦੇ ਢਿੱਡ ਭਰਨ ਵਾਲੀ ਕਾਰਵਾਈ ਹੈ। ਇਹ ਗਰਾਹਾਂ ਵੱਲੋਂ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਹੜੇ ਧਰਨੇ ਚੱਲ ਰਹੇ ਆ ਟੋਲ ਪਲਾਜ਼ਿਆਂ 'ਤੇ ਉਹਨਾਂ ਦੀ ਹਮਾਇਤ ਵਿੱਚ ਅਤੇ ਪੰਜਾਬ ਸਮੇਤ ਪੂਰੇ ਦੇਸ਼ ਦੇ ਵਿੱਚ ਟੋਲ ਪਲਾਜ਼ੇ ਪੂਰੀ ਤਰ੍ਹਾਂ ਬੰਦ ਕਰਨ ਦੀ ਮੰਗ ਨੂੰ ਲੈ ਕੇ ਅੱਜ ਅਸੀਂ 31 ਥਾਵਾਂ 'ਤੇ ਪੰਜਾਬ ਦੇ ਵਿੱਚ ਭਾਰਤੀ ਕਿਸਾਨ ਯੂਨ ਏਕਤਾ ਗਰਾਹਾਂ ਵੱਲੋਂ 18 ਜ਼ਿਲ੍ਹਿਆਂ 'ਚ ਜਿਨ੍ਹਾਂ ਵਿੱਚੋਂ ਕੁਝ ਥਾਵਾਂ ਜਿਵੇਂ ਇੱਥੇ ਹਮਾਇਤ 'ਚ ਆਏ ਹਾਂ ਅਸੀਂ, ਬਹੁਤੀਆਂ ਥਾਵਾਂ 'ਤੇ ਆਪਣੇ ਤੌਰ 'ਤੇ ਵੀ ਬੰਦ ਕੀਤੇ ਆ ਅਤੇ ਹਰ ਥਾਂ 'ਤੇ ਔਰਤਾਂ ਸਮੇਤ ਭਾਰੀ ਗਿਣਤੀ ਦੇ ਵਿੱਚ ਲੋਕ ਹਾਜ਼ਰ ਆ। ਮੁੱਖ ਮੰਗ ਅੱਜ ਦੇ ਧਰਨਿਆਂ ਦੀ ਪੂਰੇ ਦੇਸ਼ ਦੇ ਵਿੱਚ, ਪੰਜਾਬ ਵਿੱਚ ਵੀ ਅਤੇ ਭਾਰਤ ਵਿੱਚ ਵੀ ਟੋਲ ਪਲਾਜ਼ੇ ਬੰਦ ਕਰਾਉਣੇ, ਕਿਉਂਕਿ ਅਸੀਂ ਸਮਝਦੇ ਹਾਂ ਵੀ ਜਿਸ ਤਰ੍ਹਾਂ ਔਰੰਗਜ਼ੇਬ ਦੀ ਜ਼ਾਲਮ ਹਕੂਮਤ ਨੇ ਜਜ਼ਗਾ ਟੈਕਸ ਲਾਇਆ ਸੀ ਰਸਤਿਆਂ 'ਤੇ ਤੁਰਨ ਵਾਲੇ ਲੋਕਾਂ ਵਾਸਤੇ, ਜਿਹੜੇ GT ਰੋਡ 'ਤੇ ਜਾਂ ਹੋਰਨਾਂ ਰਸਤਿਆਂ 'ਤੇ ਤੁਰਦੇ ਸੀ ਜਾਂਦੇ ਸੀ, ਉਹ ਜਜ਼ਗਾ ਟੈਕਸ ਵਾਂਗੂ ਸਰਾਸਰ ਨਜਾਇਜ਼ ਵਸੂਲਿਆ ਜਾ ਰਿਹਾ ਟੋਲ ਟੈਕਸ, ਕਿਉਂਕਿ ਹਰੇਕ ਵਹੀਕਲ ਦੀ ਰਜਿਸਟ੍ਰੇਸ਼ਨ ਮੌਕੇ ਭਾਰੀ ਰੋਡ ਟੈਕਸ ਪਹਿਲਾਂ ਹੀ ਵਸੂਲ ਲਿਆ ਜਾਂਦਾ। ਇਹ ਦੁਬਾਰਾ ਟੈਕਸ ਲਾਉਣ ਦੀ ਕੋਈ ਦਲੀਲ ਬਣਦੀ ਹੋਈ ਨਹੀਂ, ਕੋਈ ਤੁੱਕ ਬਣਦੀ ਨਹੀਂ, ਸਰਾਸਰ ਨਜਾਇਜ਼ ਹੈ, ਧੱਕੇਸ਼ਾਹੀ ਹੈ, ਕਾਰਪੋਰੇਟਾਂ ਦੇ ਢਿੱਡ ਭਰਨ ਵਾਲੀ ਕਾਰਵਾਈ ਹੈ ਇਹ, ਕਿਉਂਕਿ ਠੇਕੇ ਕਾਰਪੋਰੇਟਾਂ ਦੇ ਉੱਤੇ ਉਹ ਮੁਰੰਮਤ ਤਾਂ ਕਰਦੀਆਂ ਨਹੀਂ ਸੜਕਾਂ ਦੀ, ਆਹੀ ਸੜਕਾਂ ਟੋਲ ਟੈਕਸ ਵਸੂਲਿਆ ਜਾ ਰਿਹਾ, ਪਰ ਬਾਘੇ ਪੁਰਾਣੇ 'ਚ 2-2 ਘੰਟੇ ਜਾਮ ਲੱਗਿਆ ਰਹਿੰਦਾ, ਕੌਣ ਜ਼ਿੰਮੇਵਾਰ ਆ ਉਹਦਾ? ਉੱਥੇ ਪੁਲ ਬਣਾਉਣਾ ਜਾਂ ਉੱਥੇ ਬਾਈਪਾਸ ਬਣਾਉਣਾ ਕਿਹਦੀ ਜ਼ਿੰਮੇਵਾਰੀ ਹੈ? ਟੋਲ ਟੈਕਸ ਵਸੂਲਣ ਵਾਲੇ ਦੀ ਜ਼ਿੰਮੇਵਾਰੀ ਹੈ। ਜਿੱਥੇ ਪੁਲ ਵੀ ਬਣੇ, ਹੋਰ ਵੀ ਬਣੇ, ਉੱਥੇ ਸੜਕਾਂ ਦੀ ਇੰਨੀ ਖਸਤਾ ਹਾਲਤ ਹੈ, ਇੰਨੇ ਟੋਏ ਟਿੱਬੇ ਆ, ਖਾਸ ਕਰਕੇ ਪੁਲਾਂ 'ਤੇ ਜਗਰਾਓਂ ਪੁਲ 'ਤੇ ਇੱਕ ਕਾਰ ਜੰਪ ਹੋ ਕੇ ਥੱਲੇ ਡਿੱਗ ਪਈ, 3 ਨੌਜਵਾਨ ਮਾਰੇ ਗਏ ਸੀ। ਇਹ ਹਾਲ ਹੈ ਟੋਲ ਟੈਕਸ ਦੀਆਂ ਕਾਰਾਂ ਦਾ, ਸੜਕਾਂ ਦਾ। ਇਸ ਕਰਕੇ ਇਸ ਮੁੱਖ ਮੰਗ ਨੂੰ ਲੈ ਕੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਹਮਾਇਤ ਦੇ ਵਿੱਚ ਅੱਜ ਥਾਂ ਥਾਂ ਭਾਰੀ ਜੱਥੇ ਲੈ ਕੇ ਸ਼ਾਮਲ ਹੋਏ ਹਾਂ, ਜਿਨ੍ਹਾਂ ਵਿੱਚ ਔਰਤਾਂ ਵੀ ਨੌਜਵਾਨ ਵੀ ਭਾਰੀ ਗਿਣਤੀ 'ਚ ਸ਼ਾਮਲ ਹੈ। ਅਤੇ ਮੈਂ ਦੁਬਾਰਾ ਮੰਗ ਦੁਹਰਾਉਣਾ ਵੀ ਪੰਜਾਬ ਵਿੱਚ ਵੀ ਅਤੇ ਪੂਰੇ ਦੇਸ਼ ਵਿੱਚ ਵੀ ਇਹ ਟੋਲ ਟੈਕਸ ਪੂਰੀ ਤਰ੍ਹਾਂ ਬੰਦ ਕਰਾ ਕੇ ਦਮ ਲਵਾਂਗੇ। ਇਹ ਟੋਲ ਟੈਕਸ ਬੰਦ ਕਰਾਉਣ ਦੀ ਮੁੱਖ ਮੰਗ ਆ ਅੱਜ ਦੇ ਧਰਨਿਆਂ ਦੀ। ਅੱਜ ਅਸੀਂ ਸਿਰਫ ਹਮਾਇਤ ਦੇ ਵਿੱਚ, ਕਿਉਂਕਿ ਹੋਰ ਜਿਹੜੇ ਮੋਰਚੇ ਲੱਗੇ ਹੋਏ ਆ ਪੱਕੇ, ਉਹਨਾਂ ਦੇ ਵਿੱਚ ਜ਼ਿਆਦਾ ਜ਼ੋਰ ਲੱਗਾ, ਖਾਸ ਕਰਕੇ ਜੀਰਾ ਸ਼ਰਾਬ ਫੈਕਟਰੀ ਹੈ ਜਿਹੜੀ, ਉੱਥੇ ਭਗਵੰਤ ਮਾਨ ਦੀ ਸਰਕਾਰ ਨੇ ਜਿੰਨਾ ਜ਼ੁਲਮ ਢਾਇਆ, ਮੁਕੱਦਮੇ ਬਣਾਏ ਆ, ਅਤੇ ਉਸ ਫੈਕਟਰੀ ਨੇ ਜਿੰਨੇ ਲੋਕਾਂ ਨੂੰ ਮੌਤ ਦੇ ਮੂੰਹ ਧੱਕਿਆ, ਪਸ਼ੂਆਂ ਨੂੰ ਵੀ, ਫਸਲਾਂ ਵੀ ਬਰਬਾਦ ਕੀਤੀਆਂ, ਬੱਚੇ ਵੀ ਮਰੇ ਆ ਕੈਂਸਰ ਨਾਲ, ਗੁਰਦਿਆਂ ਦੀਆਂ ਬਿਮਾਰੀਆਂ ਨਾਲ, ਪ੍ਰਦੂਸ਼ਣ ਨੇ ਇੰਨਾ ਦੁੱਬਰ ਕੀਤਾ ਉੱਥੇ 50 ਪਿੰਡਾਂ ਦਾ, 60 ਪਿੰਡਾਂ ਦਾ ਜਿਉਣਾ, ਵੀ ਉਹ ਮੋਰਚਾ ਲੱਗਿਆ ਹੈ। ਉੱਧਰ ਲਤੀਫਪੁਰਾ ਬਸਤੀ ਜਲੰਧਰ ਦੇ ਵਿੱਚ ਉਹ ਭਗਵੰਤ ਮਾਨ ਦੀ ਸਰਕਾਰ ਨੇ ਇਸੇ ਤਰ੍ਹਾਂ ਹੀ ਜਿਵੇਂ ਜੀਰੇ 'ਚ ਕੋਰਟ ਦੇ ਫੈਸਲੇ ਦੀ ਆੜ ਲਈ ਹੈ, ਇਸ ਆੜ ਦੇ ਵਿੱਚ ਉਹ ਬਸਤੀ ਰਾਤੇ ਰਾਤ ਉਜਾੜਤੀ, ਪੱਧਰ ਕਰਤੀ, ਅਤੇ ਲੋਕ ਉਹ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਪੀੜਿਤ ਹੈ। ਇਹੋ ਜਿਹੇ ਮੋਰਚਿਆਂ ਕਰਕੇ ਇਹ ਸੰਕੇਤਕ ਹਮਾਇਤ ਕੀਤੀ ਆ। ਅਸੀਂ ਅੱਜ 12 ਤੋਂ 3 ਵਜੇ ਤੱਕ ਇਹਨਾਂ ਧਰਨਿਆਂ ਦੇ ਵਿੱਚ ਸ਼ਾਮਲ ਰਹਾਂਗੇ, ਅਤੇ ਬਾਹਰੋਂ ਹਮਾਇਤ ਹੈ ਜਿਹੜੀ ਉਹ ਪੱਕੇ ਤੌਰ 'ਤੇ ਇਹਨਾਂ ਸੰਘਰਸ਼ੀਲ ਤਬਕਿਆਂ ਨੂੰ ਜਾਰੀ ਰਹੂਗੀ। ਪੰਜਾਬ ਦੇ 18 ਜ਼ਿਲ੍ਹਿਆਂ ਦੇ ਵਿੱਚ ਮੈਂ ਦੱਸ ਹਟਿਆ ਵੀ 31 ਟੋਲ ਪਲਾਜ਼ੇ ਅੱਜ ਬੰਦ ਕੀਤੇ ਗਏ ਆ।
जे लोड़ पई आने वाले दिनों च जदों भी हालात ने आग्या दिती तां इस मसले ते सोचा जाऊगा घोल नूं होर विशाल होर तेज करन बारे।